ਕੀ ਆਰਥਿਕ ਮੰਦੀ ਵੱਲ ਵੱਧ ਰਿਹਾ ਹੈ ਕੈਨੇਡਾ? ਜਨਵਰੀ ਮਹੀਨੇ 800 ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨਣ ਲਈ ਲਾਈਆਂ ਅਰਜ਼ੀਆਂ। 13 ਸਾਲ ਸਭ ਤੋਂ ਵੱਧ ਕੰਪਨੀਆਂ ਨੇ ਬੈਂਕਰਪਸੀ ਲਈ ਲਾਈਆਂ ਨੇ ਅਰਜ਼ੀਆਂ। ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਆਰਥਿਕ ਮੰਦੀ ਦੀ ਸੰਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਕੈਨੇਡਾ ਦੇ ਜਨਵਰੀ ਮਹੀਨੇ ਦੇ ਵਿੱਚ ਬੈਂਕਰਪਸੀ ਲਈ 800 ਕੰਪਨੀਆਂ ਨੇ ਅਰਜ਼ੀਆਂ ਲਾਈਆਂ ਨੇ। ਦੱਸ ਦਈਏ ਕਿ ਕੈਨੇਡਾ ਦੀ GDP 'ਚ ਛੋਟੀ ਕੰਪਨੀਆਂ ਦਾ 33% ਹਿੱਸਾ ਹੈ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਕੋਰੋਨਾ ਕਾਲ 'ਚ ਇਹਨਾਂ ਕੰਪਨੀਆਂ ਨੂੰ 45,000 ਕਰੋੜ ਦਾ ਵਿਆਜ ਮੁਕਤ ਲੋਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਹੁਣ ਇਹ ਲੋਨ ਵਾਪਸ ਨਹੀਂ ਹੋ ਰਿਹਾ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਦਸੰਬਰ 2023 ਦੇ ਵਿੱਚ ਪੈਂਡੇਮਿਕ ਏਰਾ ਸਪੋਰਟ ਬੰਦ ਕਰ ਦਿੱਤੀ ਹੈ ਅਤੇ ਛੋਟੀਆਂ ਕੰਪਨੀਆਂ 'ਚ ਲੱਖਾਂ ਦੀ ਗਿਣਤੀ 'ਚ ਇੰਪਲਾਈਜ਼ ਕੰਮ ਕਰਦੇ ਨੇ ਜੋ ਹੁਣ ਬੰਦ ਹੋ ਸਕਦੀਆਂ ਨੇ। ਤਾਂ ਦੇਸ਼ ਦੀ GDP 'ਚ 3 ਹਿੱਸਾ ਛੋਟੀਆਂ ਕੰਪਨੀਆਂ ਦਾ ਯੋਗਦਾਨ ਹੈ ਜੋ ਬੈਂਕਰਪਸੀ ਵੱਲ ਵੱਧ ਰਹੀਆਂ ਨੇ ਅਤੇ ਇਸ ਦੇ ਵਿੱਚ ਇਕੱਲੇ ਜਨਵਰੀ ਮਹੀਨੇ ਦੇ ਵਿੱਚ ਹੀ ਬੈਂਕਰਪਸੀ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 40% ਦੇ ਕਰੀਬ ਵਧੀ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਬੈਂਕਰਪਸੀ ਅਤੇ ਪ੍ਰਪੋਜ਼ਲ ਦੇ ਲਈ ਕੈਨੇਡਾ ਦੇ ਵਿੱਚ 20% ਬੈਂਕਰਪਸੀ ਅਤੇ 20% ਹੀ ਪ੍ਰਪੋਜ਼ਲਸ ਇਨਕਰੀਜ਼ਡ ਹੋਏ ਨੇ। ਤਕਰੀਬ 40% ਜਿਹੜੀਆਂ ਇਸ ਦੇ ਵਿੱਚ ਇਜ਼ਾਫਾ ਹੋਇਆ ਜਿਹੜੀਆਂ ਕੰਪਨੀਆਂ ਬੈਂਕਰਪਸੀ ਲਈ ਫਾਈਲ ਕਰ ਰਹੀਆਂ ਨੇ ਅਰਜ਼ੀਆਂ। ਇਹ ਵੀ ਕਾਬਲੇ ਗੌਰ ਹੈ ਕਿ ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ ਇਸ ਸਮੇਂ ਮੰਦੀ ਦੀ ਲਪੇਟ 'ਚ ਨੇ ਅਤੇ ਇਸ ਦੇ ਵਿੱਚ ਕੈਨੇਡਾ ਦਾ ਨਾਮ ਵੀ ਜੁੜ ਸਕਦਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਛੋਟੀਆਂ ਕੰਪਨੀਆਂ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਹਾਲਾਤ ਇਹ ਨੇ ਕਿ ਕੇਵਲ ਜਨਵਰੀ ਦੇ ਵਿੱਚ ਹੀ 800 ਕੰਪਨੀਆਂ ਨੇ ਬੈਂਕਰਪਸੀ ਲਈ ਅਰਜ਼ੀਆਂ ਦਾਇਰ ਕਰ ਦਿੱਤੀਆਂ ਨੇ। 2023 ਦੇ ਮੁਕਾਬਲੇ ਬੈਂਕਰਪਸੀ ਫਾਈਲਿੰਗ ਦੇ ਲਈ ਕਰੀਬ 40% ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਜਿੰਨੀਆਂ ਕੰਪਨੀਆਂ ਬੈਂਕਰਪਸੀ ਦੇ ਲਈ ਅਰਜ਼ੀਆਂ ਲਾ ਰਹੀਆਂ ਨੇ ਉਹਨਾਂ ਦੀ ਸੰਖਿਆ 13 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਕਾਬਲੇ ਗੌਰ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਇਹਨਾਂ ਕੰਪਨੀਆਂ ਨੂੰ $45,000 ਦਾ ਵਿਆਜ ਮੁਕਤ ਲੋਨ ਵੀ ਦਿੱਤਾ ਗਿਆ ਸੀ ਅਤੇ ਜਿਸ ਨੂੰ ਚੁਕਾਉਣ ਦੀ ਡੈਡਲਾਈਨ ਜਨਵਰੀ ਦੇ ਵਿੱਚ ਖਤਮ ਹੋ ਗਈ ਹੈ ਅਤੇ ਕੈਨੇਡਾ ਦੇ ਵਿੱਚ GDP ਦੇ ਵਿੱਚ ਛੋਟੀਆਂ ਕੰਪਨੀਆਂ ਦਾ ਕਰੀਬ 33% ਹਿੱਸਾ ਹੈ। ਤਾਂ ਸਵਾਲ ਇਹ ਉੱਠ ਰਹੇ ਨੇ ਕਿ ਕੀ ਕੈਨੇਡਾ ਆਰਥਿਕ ਮੰਦੀ ਵੱਲ ਵੱਧ ਰਿਹਾ ਹੈ?